ਕੁੱਤੇ ਤਾਂ ਮੇਰੇ ਵਰਗਾ ਵੀ ਗੱਪਾਂ ਮਾਰਦਾ ਰਹਿੰਦਾ ਵੀ ਮੈਂ ਕੀ ਉਹਨਾਂ ਨੂੰ ਜਾਣਨਾ ਪਤਾ ਤਾਂ ਮੈਦਾਨ ਚ ਹੀ ਲੱਗਦਾ ਬਲਕਿ ਜੂਆ ਵੀ ਦੋ ਲੱਤਾਂ ਖੜ ਕੇ ਅੱਧਾ ਖੁੱਟ ਤੇ ਖੜਾ ਹੁੰਦਾ ਉਹ ਕਹਿੰਦਾ ਹੁੰਦਾ ਕਹਾਂਗੇ ਗਿੱਜੀ ਉਹਨੂੰ ਪਤਾ ਹੁੰਦਾ ਜਦੋਂ ਗਿੱਜੀ ਨੇ ਮੇਰੇ ਤੱਕ ਆਉਣਾ ਮੈਂ ਉਦੋਂ ਕੋਸ਼ਿਸ਼ ਜੀ ਬੰਦੇ ਗੱਲ ਕਰੀਏ ਵਿੱਚ ਮੈਦਾਨ ਜਾ ਕੇ ਘਰ ਉੱਤੇ ਤਾਂ ਹਰ ਕੋ ਦਲੇਰ ਹੁੰਦਾ ਫਲਾਂ ਫਲਾਂ ਦੇ ਵਿੱਚ ਵੀ ਫਰਕ ਹੁੰਦਾ ਅੰਬ ਅੰਬ ਹੁੰਦਾ ਬੇਰ ਬੇਰ ਹੁੰਦਾ ਜਿੱਦਰ ਜੰਗਲਾਂ ਦੇ ਵਿੱਚ ਭਾਵੇਂ ਫਿਰੇ ਖੁੱਲਾ ਸ਼ੇਰ ਪਿੰਜਰੇ ਵਿੱਚ ਵੀ ਸ਼ੇਰ ਹੁੰਦਾ ਮੌਲਾ ਅਲੀ ਦਾ ਜਿਹੜਾ ਮਲੰਗ ਹੋਵੇ ਕਦੇ ਮੁਨਕ